ਦੇਖਦੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਪਿਆਰੇ ਦਰਸ਼ਕੋ, ਘਰ ਦੇ ਵਿੱਚ ਮੁੱਖ ਦਰਵਾਜ਼ੇ ਦੇ ਵਿੱਚ ਦੋਨੇ ਪਾਸੇ ਹਰਿਆਲੀ ਵਾਲੇ ਜੇ ਤੁਸੀਂ ਪੌਦੇ ਰੱਖਦੇ ਹੋ, ਤੁਲਸੀ ਰੱਖਦੇ ਹੋ, ਮਨੀ ਪਲਾਂਟ ਰੱਖਦੇ ਹੋ, ਤਾਂ ਬਹੁਤ ਵਧੀਆ ਹੋ ਸਕਦਾ। ਘਰ ਦੇ ਵਿੱਚ ਪੋਜ਼ਿਟਿਵ ਐਨਰਜੀ ਹੀ ਪ੍ਰਵੇਸ਼ ਕਰੇਗੀ, ਨੈਗੇਟਿਵ ਬਾਹਰ ਰਹਿ ਜਾਏਗੀ। ਫਿਰ ਫੁੱਲਾਂ ਵਾਲੇ ਪੌਦੇ ਘਰ ਦੇ ਸਾਹਮਣੇ ਵਾਲੇ ਵਿਹੜੇ ਦੇ ਵਿੱਚ ਹੀ ਲਗਾਉਣੇ ਚਾਹੀਦੇ ਹੈ। ਘਰ ਦੇ ਪਿੱਛੇ ਲੱਗੇ ਹੋਏ ਜਿਹੜੇ ਪੌਦੇ ਆ, ਉਹਨਾਂ ਨਾਲ ਮਾਨਸਿਕ ਕਮਜ਼ੋਰੀ ਨੂੰ ਕਈ ਵਾਰੀ ਵਧਾਵਾ ਮਿਲਦਾ। ਸੋ ਮੁੱਖ ਦਰਵਾਜ਼ਾ ਜਿਹੜਾ ਘਰ ਦਾ, ਉਹਦੇ 'ਤੇ ਮੰਗਲਿਕ ਚਿੰਨ੍ਹ ਜਿੱਦਾਂ ਸਵਾਸਤਿਕ ਓਮ ਆਦਿ ਅੰਕਿਤ ਕਰਨ ਦੇ ਨਾਲ ਨਾਲ ਗਣਪਤੀ ਜੀ, ਲਕਸ਼ਮੀ ਜੀ ਜਾਂ ਕੁਬੇਰ ਜੀ ਦੀ ਫੋਟੋਜ਼ ਵੀ ਲੋਕ ਸਥਾਪਿਤ ਕਰ ਲੈਂਦੇ, ਕੀਤੀ ਜਾ ਸਕਦੀ ਹੈ। ਡਰਾਇੰਗ ਰੂਮ ਦੇ ਲਈ ਜਿਹੜਾ ਹੈ ਉੱਤਰ ਦਿਸ਼ਾ ਸਭ ਤੋਂ ਵਧੀਆ ਹੁੰਦੀ ਹੈ। ਟੀ ਵੀ, ਟੈਲੀਫੋਨ ਜਾਂ ਹੋਰ ਇਲੈਕਟ੍ਰੋਨਿਕ ਉਪਕਰਨ ਜਿਹੜੇ ਆ ਦਕਸ਼ਿਣ ਦਿਸ਼ਾ ਦੇ ਵਿੱਚ ਰੱਖੇ ਜਾ ਸਕਦੇ। ਦੀਵਾਰਾਂ ਦੇ ਉੱਤੇ ਘੱਟੋ ਘੱਟ ਕਿੱਲਾਂ ਇਸਤੇਮਾਲ ਕਰਨੀਆਂ, ਕਿੱਲਾਂ ਜ਼ਿਆਦਾ ਲਾਉਣ ਨਾਲ ਵੀ ਤੁਹਾਡਾ ਵਾਸਤੂ ਖਰਾਬ ਹੁੰਦਾ। ਘਰ ਦੇ ਵਿੱਚ ਪ੍ਰਯੁਕਤ ਫਰਨੀਚਰ ਪਿੱਪਲ, ਬਰਗਦ ਜਾਂ ਬਹੇੜੇ ਦੇ ਪੇੜ ਦੀ, ਜਿਹੜੀ ਬੋਰਡ ਦੇ ਪੇੜ ਦੀ ਲੱਕੜ ਦੀ ਬਿਲਕੁਲ ਨਹੀਂ ਹੋਣੀ ਚਾਹੀਦੀ ਹੈ। ਪਵਿੱਤਰ ਆ, ਇਹਨਾਂ ਨੂੰ ਇੱਦਾਂ ਯੂਜ਼ ਨਹੀਂ ਕਰੀਦਾ। ਹੁਣ ਵਾਸਤੂ ਦੀ ਤਾਂ ਇੱਕ ਸਿੱਧੀ ਜਿਹੀ ਗੱਲ ਕਹਾਂਗੇ ਕਿ ਜੇ ਤੁਹਾਡਾ ਵਾਸਤੂ ਖਰਾਬ ਹੈਗਾ ਤਾਂ ਸਾਨੂੰ ਨਕਸ਼ਾ ਵੀ ਚੈੱਕ ਕਰਾ ਸਕਦੇ ਹੋ ਅਤੇ ਤੁਸੀਂ ਆਪਣਾ ਵਾਸਤੂ ਵਿਜ਼ਿਟ ਵੀ ਕਰਾ ਸਕਦੇ ਹੋ। ਪੈਰੀ ਡੋਟ ਸਟੋਨ ਦੇ ਬਾਰੇ ਗੱਲ ਕਰਦੇ ਹਾਂ, ਜਿਹਨੂੰ ਕਹਿੰਦੇ ਆ ਜ਼ਬਰਜ਼ਦ। ਇਸ ਰਤਨ ਦੇ ਧਾਰਨ ਕਰਨ ਦੇ ਨਾਲ ਧਨ ਦੇ ਵਿੱਚ ਵਾਧਾ ਹੁੰਦਾ, ਸੰਤਾਨ ਅਤੇ ਦੰਪਤਿਆ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇਹਦੀ ਮਾਲਾ ਪਹਿਨਣ ਨਾਲ ਮਿਰਗੀ ਠੀਕ ਹੁੰਦੀ ਹੈ। ਸੋ ਇਹਨੂੰ ਧਾਰਨ ਕਰਨ ਨਾਲ ਇਸਤਰੀਆਂ ਦੇ ਬ੍ਰੈਸਟ ਜਿਹੜੀ ਆ ਉਹ ਠੀਕ ਰਹਿੰਦੀ ਹੈ। ਸੋ ਉਹਨਾਂ ਨੂੰ ਕਦੀ ਵੀ ਗੁਪਤ ਰੋਗ ਹੋਣ ਦਾ ਡਰ ਨਹੀਂ ਸਤਾਉਂਦਾ। ਅਤੇ ਇਹਨੂੰ ਧਾਰਨ ਕਰਨ ਵਾਲਿਆਂ ਦੇ ਉੱਤੇ ਵਿਸ਼ੇਲੇ ਡੰਕ, ਜਿੱਦਾਂ ਕੋਈ ਜਾਨਵਰ ਡੰਗ ਮਾਰ ਦਿੰਦਾ, ਉਹਦਾ ਅਸਰ ਨਹੀਂ ਪੈਂਦਾ। ਜੇ ਪੈਰੀਡੋਰ ਦੇ ਪਿਆਲੇ ਦੇ ਵਿੱਚ ਕੋਈ ਸ਼ਰਾਬ ਪੀਂਦਾ ਤਾਂ ਉਹਨੂੰ ਬੁਢਾਪਾ ਦੇਰ ਦੇ ਨਾਲ ਆਉਂਦਾ। ਵੈਸੇ ਸ਼ਰਾਬ ਨਹੀਂ ਪੀਣੀ ਚਾਹੀਦੀ, ਪਰ ਇਹ ਜਿਹੜੀ ਪੈਰੀਡੋਰ ਦੀ ਡਿਟੇਲ ਆ ਉਹ ਦੱਸ ਰਹੇ ਹਾਂ ਤੁਹਾਨੂੰ। ਬਲੱਡ ਸਟੋਨ ਦੀ ਫਿਰ ਗੱਲ ਕਰਦੇ ਹਾਂ, ਜਿਹਨੂੰ ਅਸੀਂ ਪਿਤੋਨੀਆਂ ਕਹਿੰਦੇ ਹਾਂ। ਬਹੁਤ ਹੀ ਇੰਪੋਰਟੈਂਟ ਸਟੋਨ ਹੁੰਦਾ ਇਹ, ਜਿਹੜਾ ਰਤਨ ਹੈਗਾ ਵਿਵਸਾਏ ਦੇ ਵਿੱਚ ਵਾਧੇ ਦੇ ਉੱਤੇ ਜਿੱਤ ਦਿਲਾਉਂਦਾ। ਸੋ ਇਹਨੂੰ ਧਾਰਨ ਕਰਨ ਦੇ ਨਾਲ ਵਪਾਰ ਡੁੱਬਣ ਜਾਂ ਘਾਟਾ ਹੋਣ ਦਾ ਡਰ ਨਹੀਂ ਰਹਿੰਦਾ। ਉਹਨਾਂ ਨੇ ਅਸੀਂ ਆਪਣੇ ਜੋਤਿਸ਼ ਦੇ ਵਿਸ਼ੇ ਦੇ ਉੱਤੇ, ਯੰਤਰ ਮੰਤਰ ਤੰਤਰ ਦਾ ਜੋਤਿਸ਼ ਦੇ ਨਾਲ ਕੀ ਸੰਬੰਧ ਹੈ। ਸੋ ਇਸ ਸੰਬੰਧ ਦੀ ਜਿਹੜੇ ਵਿਆਖਿਆ ਕਰਨ ਤੋਂ ਪਹਿਲਾਂ ਅਸੀਂ ਇਹਦੇ ਤਿੰਨੇ ਸ਼ਬਦਾਂ ਦੇ ਅਰਥ ਦੇ ਉੱਤੇ ਵਿਚਾਰ ਕਰਦੇ ਹਾਂ। ਸੋ ਮੰਤਰਾਂ ਦਾ ਐਸਾ ਗੁਪਤ ਪ੍ਰਯੋਗ ਜਿਹਦੇ ਵਿੱਚ ਸਿੱਧ ਕੀਤੇ ਹੋਏ ਮੰਤਰਾਂ ਦੇ ਨਾਲ ਅਭਿਮੰਤਰਿਤ ਕਾਗਜ਼ ਜਾਂ ਫਿਰ ਜਿਹੜਾ ਹੈ ਕਿਸੇ ਵਿਸ਼ੇਸ਼ ਤਰੀਕੇ ਦੇ ਅੰਕ, ਸ਼ਬਦ, ਆਕ੍ਰਿਤੀ ਦੇ ਨਾਲ ਲਿਖੇ ਹੋਏ ਕਾਗਜ਼ ਦੇ ਉੱਤੇ ਵਿਸ਼ੇਸ਼ ਧਾਤੂ ਪੱਤਰ ਜਾਂ ਤਬੀਜ਼ ਆਦਿ ਬਣਵਾ ਕੇ ਗਲੇ ਜਾਂ ਬਾਂਹ ਦੇ ਵਿੱਚ ਬੰਨ੍ਹ ਦਿੱਤਾ ਜਾਂਦਾ। ਫਿਰ ਨਾਲ ਹੀ ਨਾਲ ਦੁਕਾਨ, ਮਕਾਨ ਜਾਂ ਉਹਦੇ ਉੱਤੇ ਜੇ ਲਗਾ ਦਿੱਤਾ ਜਾਂਦਾ ਤਾਂ ਇੱਛਿਤ ਜਿਹੜੀ ਹੈ ਕੰਮ ਉਹਦੀ ਸਿੱਧੀ ਹੋ ਜਾਏ ਤਾਂ ਉਹਨੂੰ ਵੀ ਅਸੀਂ ਯੰਤਰ ਕਹਿੰਦੇ ਹਾਂ। ਫਿਰ ਤੰਤਰ ਕਿਹਨੂੰ ਕਹਿੰਦੇ ਆ? ਤੰਤਰ ਦਾ ਸੰਬੰਧ ਵਿਗਿਆਨ ਦੇ ਨਾਲ ਹੈਗਾ। ਤੰਤਰ ਦੇ ਵਿੱਚ ਕੁਝ ਕੈਮੀਕਲ ਕਿਰਿਆਵਾਂ ਦਾ ਪ੍ਰਯੋਗ ਕੀਤਾ ਜਾਂਦਾ ਜਿਹੜਾ ਚਮਤਕਾਰ ਦੀ ਸਥਿਤੀ ਉਤਪੰਨ ਕਰਦੇ ਹੈ। ਸੋ ਇਹਦੇ ਵਿੱਚ ਛੱਠ ਕਰਮ ਵੀ ਵਿਦਮਾਨ ਹੈਗੇ ਆ, ਜਿੱਦਾਂ ਕਿ ਸ਼ਾਂਤੀ, ਵਸ਼ਿਆ, ਸਤੰਭਨ, ਉਚਾਟਨ, ਵਿਦਵੇਸ਼ਨ ਅਤੇ ਮਾਰਨ। ਸੋ ਕੁਝ ਤਾਂਤਰਿਕੇ ਦੇ ਵਿੱਚ ਦਸ਼ ਕਰਮ ਵਿਧਾਨ ਵੀ ਮੰਨਦੇ ਆ। ਸੋ ਜਿਹਦੇ ਬਾਰੇ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਦੱਸਣ ਜਾ ਰਹੇ ਹਾਂ। ਸੋ ਪਿਆਰੇ ਦਰਸ਼ਕੋ, ਕਿੱਦਾਂ ਲੱਗਿਆ ਸਾਡਾ ਅੱਜ ਦਾ ਪ੍ਰੋਗਰਾਮ? ਜੇ ਵਧੀਆ ਲੱਗਿਆ ਤਾਂ ਇਹਨੂੰ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਿਓ, ਅਤੇ ਨਾਲ ਹੀ ਨਾਲ ਤੁਸੀਂ ਸਾਡੇ ਯੂਟਿਊਬ ਚੈਨਲਸ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਅਤੇ ਵੋਇਸ ਆਫ ਏਸ਼ੀਅਨਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੋ ਇਹਦੇ ਨਾਲ ਨਾਲ ਹੀ ਸੇਮ ਪੇਜਿਸ ਨੇ ਸਾਡੇ ਫੇਸਬੁੱਕ ਦੇ ਉੱਤੇ ਵੀ, ਉਹਨਾਂ ਨੂੰ ਵੀ ਤੁਸੀਂ ਲਾਈਕ ਜ਼ਰੂਰ ਕਰ ਸਕਦੇ ਹੋ। ਇੰਸਟਾਗ੍ਰਾਮ 'ਤੇ ਵੀ ਸਾਨੂੰ ਫੋਲੋ ਕਰ ਸਕਦੇ ਹੋ, ਅਤੇ ਸਾਡੀ ਸੰਸਥਾ ਏਸ਼ੀਅਨ ਕਲੱਬ ਇੰਟਰਨੈਸ਼ਨਲ ਨੂੰ ਵੀ ਤੁਸੀਂ ਜਿਹੜਾ ਹੈ ਉਹ ਵੀ ਫੇਸਬੁੱਕ ਦੇ ਉੱਤੇ ਸਾਡਾ ਗਰੁੱਪ ਫ੍ਰੀ ਜੁਆਇਨ ਕਰ ਸਕਦੇ ਹੋ। ਪਿਆਰੇ ਦਰਸ਼ਕੋ, ਬਹੁਤ ਸਾਰੇ ਲੋਕਾਂ ਦਾ ਸਾਨੂੰ ਕਾਲ ਆਉਂਦੀਆਂ ਪੂਰੇ ਵਿਦੇਸ਼ ਤੋਂ। ਉਹ ਕਹਿੰਦੇ ਕਿ ਸੁਖਵਿੰਦਰ ਜੀ, ਅਸੀਂ ਨੈੱਟ ਦੇ ਉੱਤੇ ਦੇਖਿਆ ਕੋਈ ਜੋਤਸ਼ੀ, ਉਹ ਕਹਿੰਦਾ ਕਿ 5 ਮਿੰਟ 'ਚ ਹੱਲ ਹੋ ਜਾਏਗਾ, ਮਨ ਚਾਹਾ ਵਸ਼ੀਕਰਨ ਹੋ ਜਾਏਗਾ, ਹਰ ਪ੍ਰੋਬਲਮ ਘਰ ਬੈਠੇ ਬੈਠੇ ਸੋਲਵ ਹੋ ਜਾਏਗੀ। ਅਸੀਂ ਉੱਥੇ ਹਜ਼ਾਰਾਂ ਰੁਪਏ ਭੇਜਤਾ, ਲੱਖਾਂ ਰੁਪਏ ਭੇਜਤਾ, ਪਰ ਸਾਡਾ ਕੰਮ ਹੀ ਨਹੀਂ ਹੋਇਆ। ਪਿਆਰੇ ਦਰਸ਼ਕੋ, ਜਿੰਨੇ ਵੀ ਇੰਟਰਨੈੱਟ ਦੇ ਉੱਤੇ ਇੱਦਾਂ ਦੇ ਜਾਲਸਾਜ਼ ਬੈਠੇ ਆ, ਜਿਹੜੇ ਸਿਰਫ ਫੋਨ ਨੰਬਰ ਦਿੰਦੇ ਆ, ਜਿਨ੍ਹਾਂ ਦਾ ਐਡਰੈਸ ਨਹੀਂ ਦਿੱਤਾ ਹੁੰਦਾ, ਟੀ ਵੀ ਚੈਨਲਸ ਦੇ ਉੱਤੇ, ਅਖਬਾਰਾਂ ਦੇ ਉੱਤੇ ਉਹਨਾਂ ਦੀ ਐਡ ਆਉਂਦੀ ਹੈ, ਸਿਰਫ ਫੋਨ ਨੰਬਰ ਦਿੱਤਾ, ਪਲੀਜ਼ ਉਹਨਾਂ ਦੇ ਝਾਂਸੇ ਦੇ ਵਿੱਚ ਨਾ ਆਓ। ਉਹਨਾਂ ਲੋਕਾਂ ਨੂੰ ਤਾਂ ਜੋਤਿਸ਼ ਵੀ ਨਹੀਂ ਆਉਂਦਾ, ਉਹਨਾਂ ਲੋਕਾਂ ਨੂੰ ਤਾਂ ਤੰਤਰ ਵੀ ਨਹੀਂ ਆਉਂਦਾ, ਉਹ ਸਿਰਫ ਠੱਗੀ ਦਾ ਤਰੀਕਾ ਅਪਣਾ ਰਹੇ ਨੇ ਤੁਹਾਨੂੰ ਲੁੱਟਣ ਦੇ ਲਈ ਜੋਤਿਸ਼ ਦੇ ਨਾਂ 'ਤੇ। ਵਾਟ ਇਜ਼ ਜੋਤਿਸ਼? ਜੋਤਿਸ਼ ਸਿਰਫ ਤੁਹਾਨੂੰ ਗ੍ਰਹਿਆਂ ਦੀ ਜਾਣਕਾਰੀ ਦਿੰਦਾ ਕੀ ਹੋਣ ਵਾਲਾ, ਕੀ ਹੋ ਸਕਦਾ। 25% ਉਹਨੂੰ ਆਪਾਂ ਠੀਕ ਕਰ ਸਕਦੇ ਹਾਂ, 25% ਵਧੀਆ ਇਫੈਕਟ ਲੈ ਸਕਦੇ ਹਾਂ ਜੋਤਿਸ਼ ਦਾ ਯੂਜ਼ ਕਰਕੇ। ਹੋਰ ਇਹਦੂ ਜ਼ਿਆਦਾ ਜੋਤਿਸ਼ ਕੋਈ ਵੀ ਚਮਤਕਾਰ ਨਹੀਂ ਹੈਗਾ। ਇਸ ਲਈ ਜੋਤਿਸ਼ ਦੇ ਨਾਂ 'ਤੇ ਕੋਈ ਵੀ ਵਹਿਮਾਂ ਭਰਮਾਂ 'ਚ ਨਾ ਪਾਓ, ਬਲਕਿ ਇੱਕ ਰਤਨ ਧਾਰਨ ਕਰਕੇ, ਇੱਕ ਰੁਦਰਾਕਸ਼ ਪਾ ਕੇ, ਆਸਾਨ ਦਾਨ ਪੁੰਨ ਪਾਠ ਪੂਜਾ ਕਰਕੇ ਤੁਸੀਂ ਜੋਤਿਸ਼ ਦੇ ਨਾਲ ਆਪਣੀ ਲਾਈਫ ਨੂੰ ਵਧੀਆ ਬਣਾ ਸਕਦੇ ਹੋ। ਥੈਂਕ ਯੂ। ਪਿਆਰੇ ਦਰਸ਼ਕੋ, ਸਾਡੀ ਸੰਸਥਾ ਏਸ਼ੀਅਨ ਕਲੱਬ ਇੰਟਰਨੈਸ਼ਨਲ ਅਤੇ ਸਾਡੇ ਪੇਪਰ ਵਾਇਸ ਆਫ ਏਸ਼ੀਅਨਸ ਦੇ ਵੱਲੋਂ ਚੌਥਾ ਰਾਸ਼ਨ ਵੰਡ ਸਮਾਗਮ ਸਾਡੇ ਆਫਿਸ 30G ਸਰਾਵਾ ਨਗਰ ਲੁਧਿਆਣਾ ਵਿਖੇ ਹੋਏਗਾ, 10 ਤਾਰੀਖ ਨੂੰ, 10 ਜੂਨ ਨੂੰ ਸਵੇਰ ਦੇ 9 ਵਜੇ ਤੋਂ ਲੈ ਕੇ 9:30 ਵਜੇ। ਸੋ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਜਿਹੜੇ ਵੀ ਲੋਕ ਆਪਣੇ ਆਪਣੇ ਗ੍ਰਹਿਆਂ ਦੇ ਮੁਤਾਬਿਕ ਚੀਜ਼ਾਂ
ਉਹਨਾਂ ਲਈ ਭੇਜਣਾ ਚਾਹੁੰਦੇ ਹੈ ਤਾਂ ਉਹ ਉਸ ਤੋਂ 2 ਦਿਨ ਪਹਿਲਾਂ ਭੇਜ ਸਕਦੇ ਹੋ। ਜਿੱਦਾਂ ਸੂਰਜ ਦੇ ਲਈ ਤੁਸੀਂ ਕਣਕ ਜਾਂ ਆਟਾ ਭੇਜ ਸਕਦੇ ਹੋ, ਮੰਗਲ ਦੇ ਲਈ ਲਾਲ ਮਸਰ ਜਾਂ ਰਾਜਮਾਂਹ ਭੇਜ ਸਕਦੇ ਹੋ, ਬੁੱਧ ਦੇ ਲਈ ਹਰੀ ਮੂੰਗੀ ਭੇਜ ਸਕਦੇ ਹੋ, ਗੁਰੂ ਦੇ ਲਈ ਪੀਲੀ ਦਾਲ ਜਾਂ ਹਲਦੀ ਭੇਜ ਸਕਦੇ ਹੋ, ਫਿਰ ਜਿਹੜਾ ਸ਼ੁੱਕਰ ਦੇ ਲਈ ਤੁਸੀਂ ਚਾਵਲ ਭੇਜ ਸਕਦੇ ਹੋ, ਸ਼ਨੀ ਦੇ ਲਈ ਤੁਸੀਂ ਜਿਹੜਾ ਹੈ ਮਾਂਹ ਜਾਂ ਚਾਹ ਪੱਤੀ ਭੇਜ ਸਕਦੇ ਹੋ, ਚੰਦਰ ਦੇ ਲਈ ਇੱਦਾਂ ਹੀ ਤੁਸੀਂ ਜਿਹੜਾ ਹੈ ਚੀਨੀ ਭੇਜ ਸਕਦੇ ਹੋ। ਹੁਣ ਅੱਜ ਦਾ ਰਾਸ਼ੀਫਲ ਮੇਸ ਰਾਸ਼ੀ ਵਾਲੇ ਜਾਤਕਾਂ ਨੂੰ ਜਿਹੜਾ ਹੈ ਅੱਜ ਵਿਦੇਸ਼ ਨਾਲ ਸੰਬੰਧਿਤ ਤਾਰ ਜੋੜ ਸਕਦੇ ਹੈ, ਜਦਕਿ ਵਰਿਸ਼ਠ ਰਾਸ਼ੀ ਵਾਲਿਆਂ ਨੂੰ ਖਾਨਦਾਨੀ ਜਿਦਾਦ 'ਚ ਕੁਛ ਨਾ ਕੁਛ ਮਿਲ ਸਕਦਾ ਹੈ। ਮਿਥੁਨ ਰਾਸ਼ੀ ਵਾਲੇ ਅੱਜ ਕੋਈ ਨਵਾਂ ਵਾਹਨ ਖਰੀਦ ਸਕਦੇ ਹੈ, ਜਦਕਿ ਕਰਕ ਰਾਸ਼ੀ ਵਾਲੇ ਕੋਰਟ ਕਚਹਿਰੀ 'ਚ ਹਾਵੀ ਪ੍ਰਭਾਵੀ ਰਹਿ ਸਕਦੇ ਹੈ। ਸਿੰਘ ਰਾਸ਼ੀ ਵਾਲਿਆਂ ਨੂੰ ਕਿਸਮਤ ਦਾ ਸਤਾਰਾ ਬੁਲੰਦੀਆਂ 'ਤੇ ਹੈਗਾ। ਕੰਨਿਆ ਰਾਸ਼ੀ ਵਾਲੇ ਜਿਸ ਤਰ੍ਹਾਂ ਵੀ ਜਾਊਂਗੇ ਅੱਜ ਤੁਹਾਡਾ ਮਾਨ ਸਨਮਾਨ ਉੱਚਾ ਰਹਿੰਦਾ ਰਹੇਗਾ। ਕੰਨਿਆ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਤੁਲਾ ਰਾਸ਼ੀ ਵਾਲਿਆਂ ਦੀ, ਕਿਸਮਤ ਤੁਹਾਡੇ ਲਈ ਅੱਜ ਬਹੁਤ ਕੁਛ ਲੈ ਕੇ ਆ ਸਕਦੀ ਹੈ। ਵਰਿਸ਼ਚਿਕ ਰਾਸ਼ੀ ਵਾਲੇ, ਮਾਨ ਤੁਹਾਡਾ ਜਿਹੜਾ ਹੈ ਅੱਜ ਕਿਤੇ ਨਾ ਕਿਤੇ ਅਪਮਾਨ 'ਚ ਬਦਲ ਸਕਦਾ, ਧਿਆਨ ਰੱਖਿਓ। ਧਨੂ ਰਾਸ਼ੀ ਵਾਲੇ, ਕੋਈ ਨਜ਼ਦੀਕੀ ਮਿੱਤਰ ਧੋਖਾ ਦੇ ਸਕਦਾ। ਮੱਕਰ ਰਾਸ਼ੀ ਵਾਲਿਆਂ ਨੂੰ ਅੱਜ ਖਰਚਾ ਜ਼ਿਆਦਾ ਹੋਣ ਦੇ ਕਾਰਨ ਘਬਰਾਹਟ ਜੀ ਮਹਿਸੂਸ ਹੋ ਸਕਦੀ ਹੈ। ਕੁੰਭ ਰਾਸ਼ੀ ਵਾਲੇ ਜਾਤਕ ਜਿਹੜੇ ਨੇ ਅੱਜ ਦੂਰ ਦੁਰਾਡੇ ਤੋਂ ਚੰਗੇ ਸੁੱਖ ਸੁਨੇਹੇ ਆ ਸਕਦੇ ਆ। ਅਤੇ ਆਖਿਰ ਦੇ ਵਿੱਚ ਮੀਨ ਰਾਸ਼ੀ ਵਾਲੇ, ਵਿਦੇਸ਼ ਦੇ ਨਾਂ 'ਤੇ ਕੋਈ ਏਜੰਟ ਤੁਹਾਨੂੰ ਧੋਖਾ ਦੇ ਸਕਦਾ, ਬੀ ਵੈਰੀ ਕੇਅਰਫੁਲ। ਸੋ ਪਿਆਰੇ ਦਰਸ਼ਕੋ, ਇੱਕ ਤਾਂ ਸਾਡਾ ਯੂਟਿਊਬ ਚੈਨਲ ਹੈ ਵੋਇਸ ਆਫ ਏਸ਼ੀਅਨਸ, ਸੋ ਸਾਡਾ ਇੱਕ ਅਖਬਾਰ ਵੀ ਹੈ ਫੋਰਟਨਾਈਟਲੀ ਵੋਇਸ ਆਫ ਏਸ਼ੀਅਨਸ। ਜੇ ਤੁਸੀਂ ਦੋਨਾਂ ਦੇ ਹੀ ਪੱਤਰਕਾਰ ਬਣਨਾ ਚਾਹੁੰਦੇ ਹੋ, ਸਾਡੇ ਨਾਲ ਜੁੜਨਾ ਚਾਹੁੰਦੇ ਹੋ ਐਜ਼ ਰਿਪੋਰਟਰ, ਐਜ਼ ਐਂਕਰ ਜਾਂ ਐਜ਼ ਨਿਊਜ਼ ਰੀਡਰ ਜਾਂ ਕੋਈ ਵੀ ਸਮਾਜ ਦਾ ਵਧੀਆ ਕਲਚਰ ਦਾ ਜਾਂ ਸਮਾਜਿਕ ਪ੍ਰੋਗਰਾਮ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਅਤੇ ਜੇ ਖਬਰਾਂ ਵੀ ਭੇਜਣੀਆਂ ਚਾਹੁੰਦੇ ਹੋ ਤਾਂ ਵੀ ਤੁਹਾਡਾ ਸਵਾਗਤ ਹੈ। ਸੋ ਪਿਆਰੇ ਦਰਸ਼ਕੋ, ਜੇ ਤੁਸੀਂ ਵੀ ਸਾਨੂੰ ਮਿਲਣਾ ਚਾਹੁੰਦੇ ਹੋ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹੋ, ਸਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹੋ, ਵਾਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਹੋ, ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹੋ ਜਾਂ ਟੈਲੀਫੋਨਿਕ ਅਪੁਆਇੰਟਮੈਂਟ ਲੈਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਸਾਡਾ ਐਡਰੈਸ ਨੋਟ ਕਰ ਸਕਦੇ ਹੋ। ਐਸਟ੍ਰੋਲੋਜਰ ਸੁਖਮਿੰਦਰ, 30G ਸਰਾਵਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 9417020533 ਅਤੇ ਵਟਸਐਪ ਨੰਬਰ ਹੈ 9872620533। ਆਉਣ ਤੋਂ ਪਹਿਲਾਂ ਟਾਈਮ ਜ਼ਰੂਰ ਲੈ ਲਿਓ ਜੀ। ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਸਾ ਮਾਂ ਦਾ। ਜਦੋਂ ਵੀ ਘਰੋਂ ਜਾਂਦੇ ਹੋ, ਮਾਂ ਦੇ ਚਰਨ ਛੁੱਕੇ ਜਾਈਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਈਓ, ਗੁਰੂ ਜਨਾਂ ਦੇ ਦੱਸੇ ਰਸਤੇ 'ਤੇ ਚੱਲਿਓ, ਝੂਠ ਨਾ ਬੋਲਿਓ, ਗਾਲਾਂ ਨਾ ਕੱਢਿਓ, ਕਿਸੇ ਦਾ ਵੀ ਮਾੜਾ ਨਾ ਕਰਿਓ, ਤਕਦੀਰ ਬਹੁਤ ਵਧੀਆ ਹੋ ਜੂਗੀ। ਧੀਆਂ ਨੂੰ ਕੁੱਖਾਂ 'ਚ ਨਾ ਮਾਰਿਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਈਓ, ਨਸ਼ਿਆਂ ਤੋਂ ਪਰਹੇਜ਼ ਕਰਿਓ ਅਤੇ 10 ਵੰਦ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੀਓ, ਤੁਹਾਡੀ ਸਾਰੀ ਲਾਈਫ ਬਹੁਤ ਜ਼ਿਆਦਾ ਵਧੀਆ ਹੋਊਗੀ। ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ। ਨਮਸਕਾਰ।